ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ। ਅਤੇ ਬਾਹਰ ਦੇਖੋ ਯਾਰ, ਰਾਤ ਬਹੁਤ ਮੀਂਹ ਪਿਆ, ਇੰਨਾ ਮੀਂਹ ਪਿਆ ਰਾਤ ਨਾ, ਮੀਂਹ ਨੇ ਲੱਗਣਾ ਵੀ ਤਾਬੜ ਤੋੜ ਬਾਰਿਸ਼ ਹੋਈ ਰਾਤ, ਮੀਂਹ ਨੇ ਲਿਆ ਤੀਆਂ ਪੂਰੀਆਂ ਪੂਰੀਆਂ ਐਨ ਹਨੇਰੀਆਂ। ਅਤੇ ਬਾਕੀ ਇੱਧਰ ਮਿਲੋ ਦਵਿੰਦਰ ਸਿੰਘ ਨੂੰ। ਸਤਿ ਸ਼੍ਰੀ ਅਕਾਲ ਜੀ। ਅਤੇ ਇਹ ਵੀ ਅੱਜ ਗਿਆ ਨਹੀਂ ਹੈਗਾ ਕੰਮ ਦੇ ਉੱਤੇ, ਕਿਉਂਕਿ ਸਾਡਾ ਕੋਈ ਪੇਪਰਾਂ ਦਾ ਵਰਕ ਸੀ ਅੱਜ, ਅਸੀਂ ਉਹ ਕਰਨ ਵਾਸਤੇ ਜਾਣਾ ਹੈ। ਅਤੇ ਪਰ ਅਸੀਂ ਪਹਿਲਾਂ ਉੱਠ ਖੜ੍ਹੇ ਹਾਂ ਥੋੜ੍ਹਾ ਜਿਹਾ ਹੁਣ, ਮੈਂ ਕਿਹਾ ਪਹਿਲਾਂ ਇੱਕ ਵਾਰ ਜਾ ਕੇ ਆਪਣੀ ਸ਼ੋਪ 'ਤੇ ਨਿਗਾਹ ਮਾਰ ਲਈਏ, ਕੰਮ ਕਰ ਨਿਬੇੜ ਲਈਏ ਸਮੇਂ ਦੇ ਨਾਲੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਦਵਿੰਦਰ ਸਿੰਘ ਦੇ ਨਾਲ। ਮੀਂਹ ਬਾਅਦ 'ਚ ਪੈਂਦਾ ਅਤੇ ਪਹਿਲਾਂ ਇੱਥੇ ਪਾਣੀ ਖੜ ਜਾਂਦਾ ਜਗ੍ਹਾ ਦੇ ਉੱਪਰ, ਆਹ ਜਗ੍ਹਾ ਆਪਣੀ ਨੀਵੀਂ ਹੈ ਨਾ, ਸਾਰਾ ਉੱਤੋਂ ਹੀ ਪਾਣੀ ਉੱਤਰ ਕੇ ਥੱਲੇ ਆਉਂਦਾ ਇੱਧਰੋਂ ਵੀ, ਅਤੇ ਉੱਪਰ ਪਲੱਸ ਦਾ ਪਾਣੀ ਵੀ ਸਾਰਾ ਇੱਥੇ ਹੀ ਆਉਂਦਾ, ਆਹ ਖੜ ਜਾਂਦਾ ਪਾਣੀ। ਸਭ ਤੋਂ ਪਹਿਲਾਂ ਸਿਆਲ ਦੇ ਵਿੱਚ ਜਦੋਂ ਕੰਮ ਹੁੰਦਾ, ਸਭ ਤੋਂ ਪਹਿਲਾਂ ਇੱਥੇ ਆਉਂਦਾ ਕੰਮ, ਇੰਨੀ ਕੁ ਜਗ੍ਹਾ ਇੱਥੋਂ ਸਟਾਰਟ ਹੁੰਦਾ ਕੰਮ। ਮੈਂ ਚੱਲੀਏ ਪਰਚੀ ਚੱਕ ਲਈ, ਹਾਂ ਜੀ, ਪਾਣੀ ਪੂਣੀ ਕੱਢ ਕੇ ਮਿੱਤਰੋ ਹੁਣ ਹੋ ਗਏ ਆਪਾਂ ਫ੍ਰੀ। ਅਤੇ ਇੱਕ ਵਾਰੀ ਆਪਾਂ ਨੂੰ ਸਮਾਨ ਲਿਆ ਦੀਏ ਆਪਣੀ ਸ਼ੋਪ ਦਾ, ਅਤੇ ਸਾਰੇ ਕੰਮ ਕਰ ਮਿੰਟੋ ਮਿੰਟੀ ਨਿਬੇੜ ਕੇ ਫਿਰ ਚੱਲਾਂਗੇ। ਐਂ ਕਰ ਮੰਨ ਇੱਕ ਵਾਰ ਡੱਬਾ ਚੱਕ ਲੈਣਾ, ਕਰ ਲੈਂਦੇ ਆਪਾਂ ਪੀਸਾ ਬਾਕਸ, ਹਾਂਜੀ ਹਾਂਜੀ, ਫਿਰ ਸਾਰਾ ਸਮਾਂ ਇਕੱਠਾ ਵਿੱਚ ਪੈਂਦਾ ਵਧੀਆ। ਠੀਕ ਹੈ ਜੀ, ਸਹੀ। ਜੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਮਿੱਤਰੋ ਠੰਡਾ ਹੋ ਗਿਆ, ਹਾਲੇ ਦੋ ਮੀਂਹ ਪਏ ਆ, ਦੋ ਮੀਆਂ ਨੇ ਨਾ ਮੌਸਮ ਦੀ ਵੀ ਤਬਦੀਲੀ ਲਿਆ ਦੀ। ਜੇ ਅੱਜ ਆਪਾਂ ਕੋਟੀ ਪਾ ਕੇ ਵੀ ਘਰੋਂ ਨਿਕਲਦੇ ਪੈਂਦੇ ਤਾਂ ਵੀ ਸਰ ਜਾਣਾ ਸੀਗਾ ਨਾ। ਹਾਂਜੀ ਹਾਂ, ਚੱਲ ਜਾਣਾ ਸੀ ਕੰਮ, ਠੰਡ ਜੀ ਠੰਡ ਮੌਸਮ ਦੇਖਿਆ, ਦੋ ਮੀਆਂ ਦੇ ਵਿੱਚ ਮੌਸਮ ਦਾ ਫਰਕ ਪੈ ਗਿਆ ਨਾ ਜ਼ਿਆਦਾ, ਸਿਆਲ ਸਿਆਲ ਜਦੋਂ ਹੋਈ ਜਾਣਾ ਚਾਹਾਂਗਾ ਮੌਸਮ ਠੰਡਾ ਹੋਈ ਜਾਣਾ। ਅਤੇ ਬਾਕੀ ਜੇ ਆਪਾਂ ਨਾ ਪੇਪਰਾਂ ਦੀ ਗੱਲ ਕਰਦੇ 9 ਮਹੀਨੇ ਵਾਲਿਆਂ ਦੀ, ਯਾਰ ਬਹੁਤ ਜ਼ਿਆਦਾ ਔਖਾ ਸਿਸਟਮ ਹੈ। ਮੈਂ ਕਹਿੰਦਾ 9 ਮਹੀਨੇ ਵਾਲੇ ਪੇਪਰ ਨਾ ਜਦ ਤੋਂ ਭਰ ਹੋ ਜਾਂਦੇ ਆ, ਜਦ ਤੋਂ ਬਸ ਬੰਦਾ ਅਪੁਆਇੰਟਮੈਂਟ ਡੀਲ ਫਿਰੀ ਜਾਂਦਾ ਨਾ। ਪਹਿਲਾਂ ਭਰ ਇੱਥੇ ਬੰਦਾ ਲਿਖੀ ਜਾਂਦਾ ਵੀ ਹਾਂ ਕਦ ਪੇਪਰ ਨਿਕਲਦੇ, ਕਦ ਪੇਪਰ ਨਿਕਲਦੇ ਆ, ਕਿੰਨੇ ਵੱਜ ਗਏ, ਕਿੰਨੇ ਮਿੰਟ 'ਤੇ ਕਲਿੱਕ ਹੋਏ, ਪਹਿਲਾਂ ਬੰਦਾ ਦੇਖੀ ਜਾਂਦਾ। ਫਿਰ ਜਦ ਨੂਲੋਸ ਤਾਂ ਨਿਕਲ ਜਾਂਦਾ, ਫਿਰ ਬੰਦਾ ਇੰਡੀਆ ਦੇਖੀ ਜਾਂਦਾ ਵੀ ਹਾਂ ਹੁਣ ਉੱਥੇ ਅਪੁਆਇੰਟਮੈਂਟ ਨਿਕਲਦੀ, ਕਿ ਆਪਣੇ ਇੱਕ ਦੋ ਮਿੱਤਰਾਂ ਦੋਸਤਾਂ ਨਾਲ ਗੱਲਾਂ ਬਾਤਾਂ ਹੋਈਆਂ ਇੰਡੀਆ ਆਪਣੀਆਂ, ਉਹ ਵੀ ਇੱਦਾਂ ਕਹਿੰਦੇ ਆ ਬਸ ਵੀ ਏਜੰਟ ਕਹਿੰਦਾ ਵੀ ਹਾਂ ਅਗਲੇ ਹਫ਼ਤੇ ਕੱਲ੍ਹ ਨੂੰ ਪਰਸੋਂ ਨੂੰ ਪੈਸੇ ਦਿਓ, ਇੱਦਾਂ ਕਰੋ, ਉੱਥੇ ਹੀ ਅਪੁਆਇੰਟਮੈਂਟ ਫਸੀਆਂ ਵੀ ਹੈ। ਬੰਦਾ ਉੱਥੋਂ ਲੈ ਕੇ ਪੇਪਰ ਇੱਥੇ ਆਉਂਦਾ, ਉਰੇ ਆ ਕੇ ਫਿਰ ਗਾ ਅਪੁਆਇੰਟਮੈਂਟ, ਫਿਰ ਕਹਿੰਦੇ ਨੇ ਪਰਫਾ ਤੂਰੇ ਜਾਣਾ, ਆਹ ਪੇਪਰ ਲੈ ਕੇ ਆਉਣਾ, ਆਹ ਲੈ ਕੇ ਆਉਣਾ, ਉਹਦੀ ਅਪੁਆਇੰਟਮੈਂਟ, ਉਹਦੀ ਅਪੁਆਇੰਟਮੈਂਟ। ਮੈਂ ਕਹਿੰਦਾ ਸਾਲ ਦੋ ਸਾਲ ਬੰਦੇ ਦੇ ਐਨ ਬੰਨੇ ਹੋ ਜਾਂਦੇ, 9 ਮਹੀਨੇ ਪੇਪਰ ਬਣਦੇ ਦੋ ਸਾਲ ਲੱਗ ਜਾਂਦੇ, ਦੋ ਸਾਲ ਲੱਗ ਜਾਂਦੇ, ਬਸ ਐਂ ਵੀ ਲਾ ਦਿਓ ਪੈਸੇ ਅਪੁਆਇੰਟਮੈਂਟ। ਸਹੀ ਗੱਲ, ਦਵਿੰਦਰ ਨੂੰ ਆਪਣੇ ਨੂੰ ਆਏ ਨੂੰ 3 ਮਹੀਨੇ ਹੋ ਗਏ, ਅਤੇ ਹਲੇ ਦੀ ਜਿਹੜੀ ਅਪੁਆਇੰਟਮੈਂਟ ਹੈ ਉਹ ਆਹ ਮਹੀਨੇ ਐਂਡ ਵਿੱਚ ਅਪੁਆਇੰਟਮੈਂਟ ਹੈ ਦਵਿੰਦਰ ਦੀ ਹਲੇ। ਅਤੇ ਅਸੀਂ ਹੁਣ ਤਾਂ ਆਪਣੀ ਕਾਰਵਾਈ ਸ਼ੁਰੂ ਕਰਨ ਲੱਗੇ, ਜਿਹੜੀ ਮਾੜੀ ਮੋਟੀ ਕਰਦੇ ਹੁੰਦੇ, ਪੇਪਰ ਸਾਰੇ ਇਕੱਠੇ, ਡਾਕੂਮੈਂਟ ਸਾਰੇ ਤਿਆਰ ਵਿਆਰ ਕਰਨੇ ਆ। ਅਤੇ ਬਸ ਇੱਦਾਂ ਹੀ ਆ ਬਸ, ਵੀ ਮਤਲਬ ਆਪਾਂ ਇਹੀ ਕਹਿੰਦੇ ਪਰਮਾਤਮਾ ਸਾਰਿਆਂ ਦੇ ਪੇਪਰ ਬਣਾਵੇ ਯਾਰ। ਹਰੇਕ ਬੰਦਾ ਜਦੋਂ ਪੇਪਰ ਭਰਦਾ ਨਾ, ਇੱਕ ਆਸ ਉਮੀਦ ਹੁੰਦੀ ਆ ਹਰੇਕ ਬੰਦੇ ਦੇ ਦਵਿੰਦਰਾ, ਹੈ ਨਾ, ਘਰਦੇ ਨੇ ਦਵਾਵਾਂ ਹੁੰਦੀਆਂ, ਮਾਵਾਂ ਭੈਣਾਂ ਦੀਆਂ, ਅਤੇ ਬੰਦੇ ਦੀ ਆਪਣੀ ਵੀ ਇੱਛਾ ਹੁੰਦੀ ਆ, ਨਹੀਂ ਤਾਂ ਕਿਹਦਾ ਦਿਲ ਕਰਦਾ ਪਿੰਡ ਛੱਡਣ ਨੂੰ, ਹੈ ਨਾ। ਅਤੇ ਜਿਹੜਾ ਬੰਦਾ ਪੇਪਰ ਭਰਦਾ, ਹਰੇਕ ਬੰਦੇ ਦਾ ਮੈਂ ਕਹਿੰਦਾ ਵੀ ਹਰੇਕ ਕੰਮ ਬਣਨਾ ਚਾਹੀਦਾ ਯਾਰ, ਕੋਈ ਮਰਜ਼ੀ ਕੰਮ ਹੋਵੇ, ਬੰਦੇ ਜਿਹੜੇ ਮਨੋਕਾਮਨਾਵਾਂ ਰੱਬ ਹਰੇਕ ਦੀਆਂ ਪੂਰੀਆਂ ਕਰੇ, ਹੈ ਨਾ, ਹਰੇਕ ਦੀ ਪੂਰੀ ਹੋਣੀ ਚਾਹੀਦੀ ਆ। ਅਤੇ ਜਿਹਨਾਂ ਦੇ ਪੇਪਰ ਨਹੀਂ ਵੀ ਨਿਕਲੇ ਉਹਨਾਂ ਦੇ ਵੀ ਛੇਤੀ ਛੇਤੀ ਨਿਕਲਣ, ਆਪਾਂ ਅਰਦਾਸ ਕਰ ਸੱਚੇ ਪਾਤਸ਼ਾਹ ਦੇ ਅੱਗੇ, ਅਤੇ ਜਿਹਨਾਂ ਦੀ ਅਪੁਆਇੰਟਮੈਂਟ ਫਸੀਆਂ ਵੀ ਹੈ ਅਤੇ ਉਹਨਾਂ ਦੇ ਵੀ ਨਿਕਲਣ। ਆਪਾਂ ਪਹੁੰਚ ਗਏ ਆਪਣੀ ਐਰੋ ਸਪਿਨ, ਰੋਜ਼ ਦੀ ਤਰ੍ਹਾਂ ਆਹ ਮਾਰਕੀਟ ਦਾ ਵੀ ਨਾ ਰੋਜ਼ ਮੈਨੂੰ ਗੇੜਾ ਇੱਕ ਲਾਉਣਾ ਪੈਂਦਾ, ਜਦ ਤੱਕ ਨਾ ਮਾਰਕੀਟ ਦਾ ਗੇੜਾ ਨਾ ਲੱਗੇ ਤਾਂ ਮੇਰਾ ਵੀ ਦਿਨ ਸਫਲ ਨਹੀਂ ਹੁੰਦਾ। ਇੱਥੇ ਤਾਂ ਮੈਨੂੰ ਰੋਜ਼ ਇੱਕ ਵਾਰ ਕਹਿੰਦਾ ਕਹਿਣਾ ਵੀ ਨਮਸਕਾਰ ਕਰਨੀ ਪੈਂਦੀ ਹੈ ਦਵਿੰਦਰ। ਸਹੀ ਗੱਲ ਹੈ, ਫਿਰ ਸਮਾਨ ਚਾਹੀਦਾ ਹੁੰਦਾ ਜੀ ਆਪਾਂ ਡੇਲੀ ਵਸਾ, ਮਤਲਬ ਵੀ ਇੱਥੇ ਦਾ ਗੇੜਾ ਇੱਕ ਆਹ ਮਾਰਕੀਟ ਹੈ, ਇੱਕ ਦੋ ਮਾਰਕੀਟਾਂ ਹੋਰ ਹੈ, ਅਤੇ ਉਹਨਾਂ ਵਿੱਚ ਤਾਂ ਹਰ ਰੋਜ਼ ਮਤਲਬ ਮੇਰੀ ਰੁਟੀਨ ਹੈ ਇੱਦਾਂ ਵੀ, ਅਸੀਂ ਜਿੱਦਾਂ ਨਾ ਮੇਰਾ ਇੱਕ ਆਪਣਾ ਘਰ ਹੋ ਗਿਆ, ਇੱਕ ਦੁਕਾਨ ਹੋ ਗਈ, ਅਤੇ ਆਹ ਦੋ ਆਪਣੀ ਮਾਰਕੀਟ ਆ, ਇਹ ਆਪਣੇ ਘਰ ਦੇ ਵਿੱਚ ਹੀ ਆਉਣੀ ਹੈ, ਮੈਂ ਤਾਂ ਰੋਜ਼ ਆਉਣੀ ਹੀ ਆਉਣਾ। ਸਾਰੀ ਸਟਾਫ ਆਪਣੇ ਟੋਟਸ ਵੀ ਲਾ ਜਾਂਦੀ, ਸ਼ਾਮ ਨੂੰ ਉਹ ਸ਼ਾਮ ਨੂੰ ਲੱਗਦੇ ਹੀ ਮਤਲਬ ਵੀ ਜਿੰਨਾ ਸਟਾਫ ਅੰਦਰ ਹੈ ਸਾਰੇ ਸਟਾਫ ਜਾਣਦਾ, ਮੈਂ ਉਹਨੂੰ ਦੇਖਿਆ ਵੀ ਹਾਂ ਆ ਗਏ, ਅਤੇ ਕਈ ਵਾਰ ਤਾਂ ਲਾਈਨ 'ਚ ਲੱਗਣ ਦੀ ਲੋੜ ਵੀ ਨਹੀਂ ਪੈਂਦੀ ਜੀ, ਭੀੜ ਹੋਵੇ ਨਾ, ਕਹਿ ਦਿੰਦੇ ਵੀ ਇੱਧਰ ਨੂੰ ਫਟਾਫਟ ਆ, ਉਹਨਾਂ ਨੂੰ ਪਤਾ ਵੀ ਕੰਮ ਕਰ ਵਾਲੇ ਬੰਦੇ ਆ। ਅੱਛਾ ਇਹ ਵੀ ਗੱਲ ਦੱਸਾਂ ਮੈਂ ਦਵਿੰਦਰ, ਇਟਲੀ ਦੇ ਵਿੱਚ ਨਾ ਜਿਹੜਾ ਬੰਦਾ ਕੰਮ ਕਰਦਾ ਉਹਦੀ ਕਦਰ ਬਹੁਤ ਕਰਦੇ ਆ। ਤੁਸੀਂ ਕਿਸੇ ਮਾਰਕੀਟ ਵਿੱਚ ਚਲੇ ਜਾਓ, ਕਿਸੇ ਬੱਸ ਸਟੈਂਡ ਚਲੇ ਜਾਓ, ਕਿਤੇ ਡਾਕਖਾਨੇ ਵਿੱਚ ਚਲੇ ਜਾਓ, ਤੁਹਾਡੇ ਜਿਹੜੇ ਕੱਪੜੇ ਪਾਏ ਹੋਏ ਨਾ, ਜੇ ਕਿਤੇ ਆਪਣੇ ਕੰਮ ਵਾਲੇ ਕੱਪੜੇ ਪਾਏ ਹੋਏ ਆ, ਵੀ ਲੱਗਦਾ ਵੀ ਹਾਂ ਬੰਦੇ ਦੇ ਜਿਹੜੇ ਕੰਮ ਵਾਲੇ ਕੱਪੜੇ ਵੱਖਰੇ ਹੁੰਦੇ ਆ, ਪੈਂਟ ਟੀ ਸ਼ਰਟ ਵੱਖਰੀ ਹੁੰਦੀ ਆ, ਲਿਬੜੇ ਹੁੰਦੇ ਆ, ਤਾਂ ਉਹ ਬੰਦੇ ਦੀ ਕਦਰ ਕਰਦੇ ਆ, ਉਹਨੂੰ ਲੈਣ ਛੱਡਦੇ ਵੀ ਹਾਂ ਬੰਦੇ ਮੁੜ ਕੇ ਕੰਮ 'ਤੇ ਜਾਣਾ, ਇੰਨੀ ਜਿਹੜਾ ਕਦਰ ਕਰਦੇ ਕੰਮ ਵਾਲੇ ਬੰਦੇ ਜੀ ਉਹਦੇ।
ਅੱਜ ਤਾਂ ਆਪਾਂ ਕਮਾਲ ਕਰਦੇ ਹਾਂ, ਅੱਜ ਤਾਂ ਆਪਾਂ 1-0 ਪਾਵਾਂਗੇ, ਨਹੀਂ ਤਾਂ 20 ਪੈਸੇ ਪਾਉਂਦੇ ਹੁੰਦੇ ਵਿੱਚ। ਫਾਈਨਲੀ ਮਿੱਤਰੋ ਸਮਾਨ ਆਪਾਂ ਨੇ ਲੈ ਲਿਆ ਆਪਣਾ ਸਾਰਾ ਹੀ। ਦਵਿੰਦਰ ਫਾਇਦਾ ਨਾ ਡੱਬੇ ਦਾ ਬਹੁਤ ਜ਼ਿਆਦਾ ਜੀ, ਨਹੀਂ ਲਫਾਫੇ ਚੱਕੀ ਬੰਦਾ ਫਿਰ ਲਫਾਫੇ ਕਦੇ ਪਾਰਟ ਕਦੇ ਕੁਛ ਹੋ ਗਿਆ, ਆਹ ਡੱਬੇ ਸਾਰਾ ਸਮਾਨ ਇਹਦਾ ਕਹਿਣਾ ਪੈਕ ਹੋ ਕੇ ਆਉਂਦਾ, ਇੱਕੋ ਗੇੜੀ ਉੱਤਰ ਜਾਣ ਵਾਲੇ ਸਾਰੇ ਸਮਾਨ ਹੈ ਨਾ। ਸਹੀ ਗੱਲ ਹੈ, ਵਾਰ ਵਾਰ ਗੇੜੀ ਲਾਉਣੀ ਪੈਂਦੀ, ਇੱਦਾਂ ਹੀ ਚੱਕ ਕੇ ਅੰਦਰ ਲੈ ਜਾਣਾ ਜੀ। ਹਾਂ, ਉਹ ਯੋਗਰਟ ਤਾਂ ਚੱਕ ਕੇ ਉੱਪਰ ਰੱਖਦੇ ਅਤੇ ਢੱਕਣ ਦੀ ਲੋੜ ਵੀ ਹੈ ਨਹੀਂ, ਪਾਣੀ ਦੇ ਦਿਆ ਪੀਣ ਨੂੰ ਮਿੱਤਰੋ ਆਪਾਂ ਨੇ। ਬੇਸ਼ੱਕ ਵਾਰ ਨਾ ਮੌਸਮ ਠੰਡਾ ਹੈ, ਪਰ ਠੰਡੇ ਮੌਸਮ ਵਿੱਚ ਨਾ ਪਾਣੀ ਪੀਣ ਨੂੰ ਦਿਲ ਤਾਂ ਕਰਦਾ ਹੀ ਹੈ ਨਾ, ਪਾਣੀ ਤਾਂ ਪਾਣੀ ਹੋ ਯਾਰ, ਕਹਤਾ ਲੱਗਦਾ ਬੰਦਾ ਤੁਰਦਾ ਫਿਰਦਾ ਹੀ ਕੰਮ ਕਰਦਾ ਹੀ। ਸਹੀ ਗੱਲ, ਪਾਣੀ ਬੋਤਲ ਆਹ ਦਿਨ ਦੇ ਵਿੱਚ ਇੱਕ ਆਪਾਂ ਪੀ ਲਈਦੀ ਆ, ਇਹ ਹੈਗੀ ਆ 2 ਲੀਟਰ ਪਾਣੀ, ਇਹ ਦੁਪਹਿਰ ਨੂੰ 12 ਵਜੇ ਤੱਕ ਖਤਮ ਹੋ ਜਾਣਾ ਆਪਣਾ। ਇੱਕ ਆਪਾਂ ਜੇ ਮਾਰਕੀਟ ਤੋਂ ਮਿੱਤਰੋ ਲੱਤੀ ਆ ਤਿਤਲੀ, ਜਿਹੜੀ ਇਹ ਵਾਲੀ ਤਿਤਲੀ ਆ ਨਾ, ਇਹ ਆਪਾਂ ਲਾਵਾਂਗੇ ਆਪਣੀ ਗੱਡੀ ਦੇ ਵਿੱਚ, ਉਹਦਾ ਗਾਣਾ ਵੀ ਇੱਥੇ ਲਾਵਾਂਗੇ ਇਹਨੂੰ ਹਵਾ ਦੇ ਬਲੋਰ ਦੇ ਵਿੱਚ, ਕਿਉਂਕਿ ਹੁਣ ਮੀਂਹ ਲੱਗ ਗਏ ਪੈਣ, ਜਦੋਂ ਮੀਂਹ ਪੈਂਦੇ ਆ ਫਿਰ ਨਾ ਗੱਡੀ ਵਿੱਚ ਕਦੇ ਆਪਾਂ ਗਿੱਲੇ ਪੈ ਲੈ ਕੇ ਚੜ੍ਹ ਗਏ, ਕਦੇ ਉੱਤਰ ਗਏ, ਗੱਡੀ ਵਿੱਚ ਹੁੰਮਸ ਜਿਹੀ ਆਉਣ ਲੱਗ ਜਾਂਦੀ, ਸਮੈਲ ਜਿਹੀ ਲੈ ਜਾਂਦੀ ਹੁਣ ਮਿੱਤਰ ਹੁਣ। ਹਾਂਜੀ ਹਾਂ, ਫਿਰ ਉਹਦੇ ਨਾਲ ਕੀ ਹੋਊਗਾ ਨਾ, ਹੁਣ ਇਹਦੇ ਨਾਲ ਵਿੱਚ ਸਮੈਲ ਜੀ ਵਧੀਆ ਇਹਦੀ, ਜਿਹੜਾ ਫੁੱਲ ਹੈ ਨਾ, ਮਤਲਬ ਚਮੇਲੀ ਦੇ ਫੁੱਲਾਂ ਦੀ ਸਮੈਲ ਆਉਂਦੀ ਵਧੀਆ, ਇਹ ਨਾ ਗੱਡੀ ਪਰਫਿਊਮ ਜਿਹਾ ਵਧੀਆ ਬਣਿਆ ਰਹੂਗਾ ਵਿੱਚ, ਉਹਦਾ ਵੀ ਸੋਹਣਾ ਜਾਂਦੀ ਟੌਰ ਜੀ ਬਣ ਗਈ ਗੱਡੀ ਦੀ। ਹਾਂ ਤੇ ਤੇਰੀ ਘੈਂਟ ਲੱਗਦੀ ਹੈ ਨਾ, ਚਲੋ ਵੀ ਚੱਲੀਏ। ਲੋ ਵੀ ਸਿਮਰ ਵੀ ਉਸਦੀ ਦੁਕਾਨ ਦੇ ਉੱਤੇ ਕਰਦਾ ਕੰਮ ਸਟਾਰਟ ਆਪ ਨੂੰ। ਹਾਂਜੀ ਹਾਂਜੀ, ਆ ਬਹੁਤ ਪਾਣੀ ਕੱਢ ਗਿਆ ਸਾਰੇ ਇੱਥੇ ਮੇਰੇ ਦਾ, ਉਹ ਫਸਿਆ ਉਹਦਾ ਪਾਣੀ। ਹਾਂਜੀ ਹਾਂ, ਤਾਂ ਹੀ ਸੁੱਕ ਗਿਆ, ਹੋਰ ਸੁੱਕ ਜਾਣ ਦੋ ਜੀ। ਗੁਰਸ਼ਾਮ ਸਿੰਘ ਕਿਹੜੇ ਗੱਲ ਤੇ ਉੱਠਿਆ ਨਹੀਂ ਜੀ ਅਜੇ? ਹਾਂ, ਉਹ ਰਾਜ ਸਿਰ ਜਦ ਦੁਖਦਾ ਸੀ, ਕਹਿੰਦਾ ਮੰਮਾ ਮੇਰੇ ਮੈਂ ਥੋੜਾ ਜਿਹਾ ਹੋਰ ਸੌਂਗਾ ਮੈਂ ਚੱਲ ਸੌਂ। ਉਹ ਫੇਰ ਥੱਕ ਗਿਆ ਨਾ, ਦੋ ਤਿੰਨ ਦਿਨ ਘੁੰਮ ਗਿਆ ਨਾ। ਹਾਂਜੀ, ਰਾਤ ਖੇਡੀ ਗਏ ਬੱਚਿਆਂ ਨਾਲ ਬਹੁਤ। ਕਹਿੰਦੇ ਕਹਿੰਦਾ ਮੇਰਾ ਬਰਥਡੇ ਕਹਿੰਦਾ 2-3 ਦਿਨ ਚਲੇਗੇ ਪਾਪਾ ਇਸ ਵਾਰੀ। ਹਾਂਜੀ, ਲਓ ਵੀ ਸਮਾਨ ਇਧਰ, ਐਦਾਂ ਵੀ ਤਾਂ ਸੌਖਾ ਹੁੰਦਾ ਸਮਾਨ ਲਿਆਉਣ, ਡੱਬੇ ਇਕੱਠੇ ਸਮਾਨ ਲੈ ਕੇ ਪਾਈ ਜੇ ਬੂਸ ਤੇ ਲੈ ਗਿਆ ਨਾ। ਹਾਂ, ਫਿਰ ਬੂਸ ਤੇ ਪਾੜਦੇ ਫਿਰੀ ਜਾਂਦੇ ਆ, ਇਕੱਠੇ ਸਮਾਨ ਚੱਕਿਆ ਤੇ ਇਕੱਠੇ ਅੰਦਰ ਆ ਗਿਆ। ਲੈ ਬਈ ਚੌਲ ਅੱਜ ਆਪਾਂ ਬਣਨਗੇ ਆਪਣੇ ਘਰੇ, ਸੁਪਲੀਆਂ ਬਣਨਗੀਆਂ, ਸੁਪਲੀਆਂ ਹੈ ਨਾ। ਹਾਂਜੀ, ਤਾਂ ਹੋਰ ਬਣਨਾ ਕੁਛ ਜੀ? ਸੁਪਲੀਆਂ ਬਣਨਗੀਆਂ, ਕੁਰਕੇਤੇ ਵੀ ਬਣਨਗੇ ਜੀ। ਸੁਪਲੀਆਂ ਕੁਰਕੇਤੇ ਬਣਨਗੇ? ਹਾਂਜੀ, ਠੀਕ ਹੋ ਗਿਆ। ਲਓ ਵੀ ਸਾਰਾ ਸਮਾਨ, ਦਹੀਂ ਜਾਊਗਾ ਫਰਿੱਜ ਦੇ ਵਿੱਚ, ਬੁਫਲੋ ਫਰਿੱਜ ਦੇ ਵਿੱਚ, ਚੌਲ ਜਾਣਗੇ ਮੈਗਜ਼ੀਨ ਦੇ ਵਿੱਚ, ਅਤੇ ਬਾਕੀ ਜਿਹੜਾ ਵੇਟਸ ਹੈ ਇਹਨੂੰ ਫਰਿੱਜ ਰੱਖਣ ਦੀ ਕੋਈ ਲੋੜ ਨਹੀਂ, ਮੌਸਮ ਬਹੁਤ ਵਧੀਆ ਹੋ ਗਿਆ ਅੱਜ ਨਾ। ਹਾਂਜੀ, ਪੈਂਥਰ ਆ ਗਿਆ, ਪੈਂਥਰ ਵੀ, ਪੈਂਥਰ ਆ ਗਿਆ, ਆ ਗਿਆ ਵੀ ਆ ਗਿਆ ਪੈਂਥਰ। ਕਿੱਦਾਂ, ਕਿੱਥੇ ਬੱਕੇ ਬਹਿ ਗਿਆ ਸੀਗਾ? ਆ ਕੋਈ ਟਾਈਮ ਉੱਠਣ ਦਾ? ਲੈ ਵੀ ਸਾਰੀ ਰਾਤ ਨਹੀਂ ਮਿੱਤਰ ਸੌਂਦਾ, ਸਾਰੀ ਰਾਤ ਇਹ ਬੈੱਡ ਆਪਣੇ ਛਾਲੀ ਮਾਰੇ ਫਿਰ ਜਾਂਦਾ, ਕਦੇ ਕੁਛ ਆ ਨਹੀਂ ਪੈ ਜਾਂਦਾ, ਕਦੇ ਵਿਗੜ ਆ ਕੇ ਪੈ ਜਾਂਦਾ, ਹੁਣ ਦਿਨ ਦਿਨ ਸੁੱਤਾ ਰਹਿਣਾ, ਕਦੇ ਤਾਂ ਬੁਹੀ ਪੈ ਜਾਣਾ ਆਪਣੇ 'ਚ, ਕਦੇ ਕਿਤੇ ਕਦੇ ਕਿਤੇ, ਹੈ ਨਾ, ਹੈ ਨਾ ਪੈਂਥਰੀ? ਚੋਇਆ ਓ ਸ਼ਾਨ ਵੀ ਕਿੱਥੇ, ਸ਼ਾਨ ਕਿੱਥੇ ਆ, ਸ਼ਾਨ ਵੀ ਕਿੱਥੇ ਆ, ਇਹ ਪੈਂਥਰ, ਇਹ ਪੈਂਥਰੀ, ਇਹ ਵੈਸੇ ਤਾਂ ਵੀ ਤੂੰ ਇੱਧਰ ਦੇਖੋ ਕੰਨ ਦੇ ਪਿੱਛੋਂ 6 ਵਜੇ ਦੀ, ਹੈ ਨਾ, ਇਹਦੇ ਕੰਨ ਹੈਗੇ ਵਾਈਟ ਕਲਰ ਦੇ, ਐਂ ਦਾ ਕਹਿਣਾ ਨਾ, ਜੇ ਆਪਾਂ ਕਹਿੰਦੇ ਹੁੰਦੇ ਹਾਂ ਨਾ ਵੀ ਜਿਹੜੇ ਨੋਟ ਹੈ ਬਿੱਲੀ ਦੇ ਕੰਨਾਂ ਵਰਗੇ ਕੜਕ, ਉਹ ਤਾਂ ਹੀ ਕਹਿੰਦਾ, ਦੇਖੋ ਇੱਧਰ ਇਹ ਕੜਕੇ ਆ, ਐਨ ਪੂਰੇ ਕੜਕ ਕੰਨ ਹੈ, ਉਹਦਾ ਕਹਿਣਾ 500 ਯੂਰੋ ਦੇ ਨੋਟ ਵਰਗੇ ਕੰਨ ਹੈ ਪੈਂਥਰ ਦੇ, ਹੈ ਨਾ ਪੈਂਥਰ? ਉਹ ਬੱਲੇ ਉੱਠਿਆ ਵੀ ਮਾਂ ਦਾ ਬੱਬਰ ਸ਼ੇਰ। ਹਾਂਜੀ, ਉੱਠ ਖੜੇ ਹੋਰ ਚਾਹ ਪੀਣੀ? ਅੱਜ ਮੌਸਮ ਮਿੱਤਰੋ ਇੰਨਾ ਸੋਹਣਾ ਨਾ, ਬਾਹਰ ਇੰਨਾ ਘੈਂਟ ਮੌਸਮ ਹੈ, ਦਿਲ ਕਰਦਾ ਵੀ ਚਾਹ ਦਾ ਪਿਆਲਾ ਪੀਏ ਬੈਠ ਕੇ। ਮੈਂ ਤਾਂ ਪੁਰਸ਼ ਕਰਕੇ ਚਾਹ ਪੀ ਲਈ। ਤੁਰ ਫਿਰ ਸੌਂ ਗਿਆ ਸੀਗਾ? ਹੋਰ ਨਿੱਘੇ ਜਿਹਾ ਸੀਗਾ, ਚਾਦਰ ਲੈ ਕੇ ਸੌਂ ਗਿਆ। ਉੱਠੋ ਹੁਣ, ਉੱਠ ਕੇ ਸੋਹਣੇ ਸੋਹਣੇ ਕੰਮ ਕਰੋ। ਆ ਦੇਖ ਇੱਧਰ ਆ ਗਿਆ ਸਵੇਰ, ਦੇਖੋ ਇਹ ਨਹੀਂ ਹਟਦਾ, ਇਹ ਨਹੀਂ ਹਟਦਾ, ਪਰ ਤੂੰ ਰੱਜਦਾ ਨਹੀਂ ਇਹਦੇ ਖੇਡ ਖੇਡ ਕੇ, ਹੈ ਪੈਂਥਰੀ? ਇਹ ਪੈਂਥਰੀ ਜਵਾਕਾਂ ਵਾਂਗ ਨਾ ਗੋਦੀ ਲੱਗ ਕੇ ਪੈ ਜਾਂਦਾ, ਹੈ ਨਾ ਪੈਂਥਰ? ਘੜੀ ਚੱਲਦੀ ਵਧੀਆ ਹੁਣ? ਹਾਂਜੀ ਵਧੀਆ ਚੱਲਦੀ, ਘੜੀ ਲੱਗੀ ਲੱਗਦੀ ਸੋਹਣੀ, ਹੈ ਨਾ। ਹਾਂਜੀ, ਟਾਈਮ ਦੇਖ ਲੈ, ਇਹ ਘੜੀ ਲਾਉਣਾ ਮਤਲਬ ਪਤਾ ਕੀ ਹੁੰਦਾ ਵੀ ਟਾਈਮ ਹੀ ਦੇਖਣਾ, ਵੀ 11 ਵਜੇ ਟਾਈਮ ਸੌਣ ਦਾ ਨਹੀਂ ਹੈਗਾ ਇਹ,
ਗੱਡੀ ਦਾ ਮਤਲਬ ਇਹ ਵੀ ਹੁੰਦਾ ਵੀ ਹਾਂ ਟਾਈਮ ਦੇਖਣਾ ਵੀ ਹਾਂ ਓ ਮਾਈ ਗੋਡ ਇੰਨਾ ਟਾਈਮ ਹੋ ਗਿਆ ਚੱਲੀਏ, ਓ ਮਾਈ ਗੋਡ ਇੰਨਾ ਟਾਈਮ ਹੋ ਗਿਆ ਚੱਲੀਏ, ਠੀਕ ਨੀ। ਮੈਨੂੰ ਲੱਗਦਾ ਘੜੀ ਕਦੇ ਪੈਂਥਾਂ 'ਤੇ ਵੀ ਬੰਨਣੀ ਪੈਣੀ ਗੁੱਟ ਪਰ ਘੜੀ, ਹੈ ਨਾ। ਇਹਦਾ ਕੋਈ ਟਾਈਮ ਨਹੀਂ ਨਾ ਸੌਣ ਦਾ, ਨਾ ਖਾਣ ਦਾ, ਨਾ ਪੀਣ ਦਾ। ਜਾਂ ਭੁੱਖ ਲੱਗਦੀ ਖਾ ਲੈਂਦਾ, ਜਾਂ ਨੀਂਦ ਆਉਂਦੀ ਸੌ ਜਾਂਦਾ, ਜਾਂ ਖੇਲਣ ਦਾ ਕਹਿੰਦਾ ਖੇਲਣ ਲੱਗ ਜਾਂਦਾ। ਇਹ ਬੇਟਾਈਮ ਹੈ, ਇਹਨੇ ਟਾਈਮ ਸਾਰੇ ਵਿਗਾੜਿਆ ਵਾ ਆਪਣਾ ਟਾਈਮ ਟੇਬਲ ਇਹਨੇ। ਹੈ ਪੈਂਥਰੀ, ਇਹ ਪੈਂਥਰੀ ਚੀਚੀ 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 ਨਹੀਂ, ਦੰਦ ਹੈ ਦੰਦ ਆਪਣੇ, ਦੰਦ ਹੈ ਦੰਦ, ਦੰਦ ਹੈ ਦੰਦ। ਉਹ ਤੇਰਾ ਭਲਾ ਹੋ ਜੇ, ਉਹ ਤੇਰਾ ਭਲਾ ਹੋ ਜੇ। ਦੇਖੋ ਮਿੱਤਰੋ ਦੰਦ ਮੇਰਾ ਸਾਹ ਬੰਦ ਹੋ ਗਿਆ, ਮੂੰਹ ਰੱਖ ਤਾ ਨੱਕ ਪਰ ਮੇਰਾ। ਲੈ ਉੱਠ ਪੁੱਤ, ਉੱਠੋ। ਵੈਰੀ ਗੁੱਡ ਹੋਇਆ, ਵੈਰੀ ਗੁੱਡ ਹੋਇਆ, ਵੈਰੀ ਗੁੱਡ ਹੋਇਆ, ਵੈਰੀ ਗੁੱਡ, ਵੈਰੀ ਗੁੱਡ ਹੋਇਆ, ਵੈਰੀ ਗੁੱਡ ਹੋ ਜਾ ਇੱਕ ਵਾਰੀ ਫਿਰ, ਵੈਰੀ ਗੁੱਡ ਹੋ ਜਾ। ਓਕੇ ਵੈਰੀ ਗੁੱਡ। ਅੱਜ ਮੇਰਾ ਪੁੱਤਰ ਸ਼ਾਨਵੀਰ ਪੂਰੇ 2 ਦਿਨ ਦਾ ਹੋ ਗਿਆ ਮਿੱਤਰੋ, ਹੈ ਨਾ। ਹਾਂਜੀ, ਕਿ ਦਿਨ ਦਾ ਹੋ ਗਿਆ? 2 ਡੇਜ਼। 2 ਡੇਜ਼, ਓਨਲੀ 2 ਡੇਜ਼, ਫਿਰ ਤਾਂ ਸੋਹਣਾ ਬਣਦਾ ਹੀ ਆ। ਚਾਹ ਦਾ ਪਿਆਲਾ ਲੈ ਕੇ ਆਪਾਂ ਚੱਲਦੇ ਹਾਂ ਆਪਣੀ ਦੁਕਾਨ 'ਤੇ ਨੂੰ, ਅਤੇ ਨਾਲੇ ਆਪਾਂ ਕਰਾਂਗੇ ਉੱਥੇ ਆਪਣੇ ਕੰਮ ਕਾਰ, ਅਤੇ ਨਾਲੇ ਲਵਾਂਗੇ ਚਾਹ ਦੀਆਂ ਚੁਸਕੀਆਂ। ਤੁਸੀਂ ਚਾਹ ਤਾਂ ਨਹੀਂ ਪੀਣੀ ਕਿਸੇ? ਜੇ ਮੈਂ ਇਕੱਲੇ ਪੀਊਂ ਜਾ, ਇੰਨੇ ਘੈਂਟ ਮੌਸਮ ਦੇ ਵਿੱਚ ਤੁਹਾਨੂੰ ਚਾਹ ਪੀਣ ਜਮੇ ਦਿਲ ਨਹੀਂ ਕਰਦਾ? ਅਸੀਂ ਪੀਤੀ ਹੈ, ਹੁਣੇ ਪੀਤੀ ਹੈ ਤੁਹਾਡੇ ਆਉਣ ਤੋਂ ਮੂਹਰੇ ਮੂਹਰੇ। ਠੀਕ ਹੋ ਗਿਆ। ਲੈ ਵੀ ਆਪਾਂ ਤਾਂ ਚਾਹ ਮਿੱਤਰੋ ਇੰਨੀ ਜ਼ਿਆਦਾ ਗਰਮ ਕਰ ਲਈ ਨਾ, ਉਹਦਾ ਕਹਿਣਾ ਵੀ ਹੱਥ 'ਚ ਫੜ ਵੀ ਹੁੰਦੀ। ਅਤੇ ਆਟਾ ਆਪਣੇ ਤਾਂ ਤਿਆਰ ਹੈ, ਬਸ ਜਦੋਂ ਹੀ ਪਾਸ ਤੋਂ ਤਿਆਰ ਹੁੰਦੀ ਆ, ਮਿੰਟੋ ਮਿੰਟੀ ਕਰੀਏ ਪੇੜੇ। ਐਡਾ ਬਹੁਤਾ ਮਿੱਤਰੋ ਮਸਲਾ ਨਹੀਂ ਹੈਗਾ, ਬਹੁਤਾ ਬੜਾ ਉਹ ਤਾਂ ਕੰਮ ਦਾ, ਬੰਦੇ ਨੂੰ ਕੰਮ ਸਿੱਖਣ ਦੀ ਚੋਣ ਚਾਹੀਦਾ, ਕੰਮ ਚਾਹੇ ਕੋਈ ਹੋਵੇ, ਬੰਦਾ ਮਗਰ ਪੈਵੇ ਨਾ ਸਿੱਖਣ ਦਾ ਕੰਮ। ਆ ਦੇਖੋ ਦਵਿੰਦਰ ਪੇੜੇ ਕਰਦਾ, ਆ ਥੱਲੇ ਵਿੱਚੋਂ ਥੱਲੇ ਮੈਂ ਬੰਦ ਕਰਨਾ ਵੀ ਹਵਾ ਨਾ ਵਿੱਚ ਪਵੇ ਥੱਲੇ, ਆਹ ਚੀਜ਼ ਠੀਕ ਹੈ ਨਾ, ਕਿਹੜਾ ਪੇੜਾ ਬਣਾਉਣਾ। ਹਾਂਜੀ ਹਾਂਜੀ, ਐਂ ਰੱਖਣਾ ਬਸ ਹੇਠਾਂ ਹਵਾ ਨਾ ਪਵੇ, ਜੇ ਹੇਠਾਂ ਹਵਾ ਪਵੇ ਤਾਂ ਫੁੱਲਣਾ ਨਹੀਂ ਗਏ ਨਹੀਂ। ਦਵਿੰਦਰ ਸਿੰਘ ਨਾਲ ਆ ਦੇਖੋ, ਇੱਧਰ ਗੁਰਸ਼ਾਲ ਵੀ ਨਾਲ ਤਿਆਰ ਹੋ ਗਿਆ। ਇਹਨੂੰ ਮੈਂ ਕਿਹਾ, ਮੈਂ ਕਿਹਾ ਰਹਿ ਤੂੰ ਘਰੇ, ਮੰਮਾ ਤੇਰੀ ਇਕੱਲੀ ਹੈ ਘਰ। ਕਹਿੰਦਾ ਮੰਮਾ ਇਕੱਲੀ ਹੈ, ਕਹਿੰਦਾ ਕਹਿੰਦਾ ਪੈਂਥਰ ਲਿਆਂਦਾ ਵੀ ਦੋ ਜੀ ਲੱਗਿਆ, ਜੀ ਲੱਗਿਆ ਰਹੂਗਾ। ਅਤੇ ਬਾਕੀ ਹੁਣ ਆਪਾਂ ਚੱਲਦੇ ਹਾਂ, ਅਤੇ ਜਾ ਕੇ ਆਪਣਾ ਕੰਮ ਕਾਰ ਕਰਾ ਕੇ ਫਟਾਫਟ ਮੁੜ ਕੇ ਆਓ, ਠੀਕ ਹੈ। ਟਾਈਮ 12 ਵੱਜ ਗਏ, ਸਾਡੀ 1:30 ਅਪੁਆਇੰਟਮੈਂਟ ਹੈ। ਓਕੇ ਠੀਕ ਹੈ, ਠੀਕ ਹੈ ਜੀ, ਠੀਕ ਹੈ, ਚੱਲ ਰੱਖਿਓ ਖਿਆਲ ਵਧੀਆ, ਠੀਕ ਹੈ ਜੀ, ਠੀਕ ਹੈ, ਓਕੇ ਜੀ, ਪੈਂਥਰ ਦਾ ਵੀ ਓਕੇ ਜੀ। ਦੇਖੋ ਮਿੱਤਰੋ, ਸਾਡੇ ਸ਼ਹਿਰ ਦੀਆਂ ਰੌਣਕਾਂ, ਹੁਣ ਨਹੀਂ ਆਹ ਰੋਡ ਨੂੰ ਸਾਹ ਆਉਣਾ ਹੈਗਾ, ਇੱਥੇ ਸਾਰਾ ਦਿਨ ਇੱਦਾਂ ਹੀ ਟ੍ਰੈਫਿਕ ਰਹਿਣੀ ਆ ਹੁਣ, ਅਤੇ ਲੋਕ ਛੁੱਟੀ ਕਰਕੇ ਮੁੜੇ, ਅਤੇ ਸ਼ਹਿਰ 'ਚ ਆਪਣੇ 'ਚ ਰੌਣਕ ਹੈ, ਅਤੇ ਆਪਣੇ ਹੁਣ ਕੰਮ ਕਾਰ ਦਿਨ ਪਰ ਦਿਨ ਹੁਣ ਵਧਣੇ ਆ। ਹੋਰ ਪਛਾਣ ਸਰ, ਕੀ ਹਾਲ ਚਾਲ ਹੈ? ਬਸ ਵਧੀਆ, ਰਹਿ ਗਏ 3-4 ਦਿਨ ਤੇਰੇ ਸਕੂਲ ਦੇ ਬਹੁਤ ਲੱਗਣ ਦੇ ਹੁਣ, ਹੋਰ ਐਕਸਾਈਟਮੈਂਟ ਆਪਾਂ ਜੀ ਦੇਖਣ ਦੀ, ਨਵਾਂ ਸਕੂਲ ਕਿਵੇਂ ਦਾ ਹੋਊ। ਨਾ ਜਿਹੜੇ ਤੇਰੇ ਕਲਾਸ 'ਚ ਬੱਚੇ ਸੀ ਸਾਰੇ ਇੱਕੋ ਸਕੂਲ 'ਚ ਗਏ ਤਾਂ ਹੈਗੇ, ਦੋ ਅਲੱਗ ਅਲੱਗ ਗਏ ਆ, ਪਰ ਜਿਵੇਂ ਇੱਕ ਮੁੰਡਾ ਇੱਕ ਕੁੜੀ ਉਹ ਮੇਰੇ ਨਾਲ ਆਏ ਆ। ਓਕੇ, ਬਸ ਪੁਰਾਣੇ ਬੰਦੇ ਹੈਗੇ 2-3 ਵਿੱਚ ਇਕੱਠੇ, ਉਹ ਫਿਲੀਪੀਨ ਦੇ ਦੋ। ਓਕੇ ਓਕੇ ਓਕੇ, ਹਾਂਜੀ। ਆਪਣੀ ਅਪੁਆਇੰਟਮੈਂਟ ਭੁਗਤਾ ਕੇ ਮਿੱਤਰੋ, ਹੁਣ ਆਪਾਂ ਫ੍ਰੀ ਹੋ ਗਏ ਸੀਗੇ, ਅਤੇ ਹੁਣ ਆ ਗਏ ਆਪਾਂ ਆਪਣੇ ਬੰਗਾਲੀ ਭਰਾ ਦੇ ਕੋਲ, ਉਹ ਵੀ ਇਸ ਪਾਸੇ ਸੀਗਾ, ਅਤੇ ਮੈਂ ਕਿਹਾ ਚਲੋ ਜਾਂਦੇ ਜਾਂਦੇ ਨਾਲੇ ਆਪਣਾ ਸਮਾਨ ਸੀਗਾ ਮੁੱਕਿਆ, ਕੋਕੋਕੋਲਾ ਵਗੈਰਾ ਵੀ, ਉਹ ਵੀ ਆਪਾਂ ਲੱਗਦੇ ਉੱਥੇ ਹੁਣ ਚੱਕ ਕੇ ਲੈ ਚੱਲਦੇ ਜਾਂਦੇ ਜਾਂਦੇ, ਨਾਲੇ ਗੁਰਸ਼ਾਹ ਨਾਲ ਆਇਆ, ਮੈਂ ਕਿਹਾ ਹੈਲਪ ਹੋ ਜਾਓ ਆਪਣੀ, ਹੈ ਨਾ। ਹਾਂਜੀ ਕਰਾਂਗੇ ਹੈਲਪ। ਗੁਰਸ਼ਾਹ ਨੂੰ ਸੋਚ ਰਿਹਾ ਜੀ, ਆਪਾਂ ਰੋਮਾ ਆਏ ਹਾਂ ਵੀ ਹੁਣ ਕੀ ਖਾਣਾ ਪੀਣਾ, ਵੀ ਕੀ ਲੈ ਕੇ ਚੱਲੀਏ, ਅਤੇ ਉਹ ਲਾ ਰਿਹਾ ਜੀ ਦਿਮਾਗ, ਕੋਲੇ ਫੈਂਟ ਲੈ ਕੇ ਜਾਣਾ ਆਪਾਂ ਨੇ, ਇੰਨਾ ਸਮਾਨ ਲੈ ਕੇ ਜਾਣਾ ਯਾਰ, ਨਾਲੇ ਪਾਣੀ। ਕੋਈ ਨਹੀਂ, ਇੱਕ ਕੈਨ ਮੇਰਾ, ਹੈ ਕੈਨ ਮੇਰਾ। ਜਿਹੜੀ ਆਹ ਵਾਲੀ ਮਸ਼ੀਨ ਹੈ ਨਾ, ਇਹਨੂੰ ਕਹਿੰਦੇ ਆ ਤਰਸਪਾਲੇ, ਕਹਿੰਦੇ ਤਰਸਪਾਲੇ ਇਲੈਕਟ੍ਰੋਨਿਕ, ਤਰਸਪਾਲੇ ਇਲੈਕਟ੍ਰੋਨਿਕ। ਮੈਂ ਜਿੰਨਾ ਮਰਜ਼ੀ ਸਮਾਨ ਹੋਵੇ, ਅੱਜ ਫਿਰ ਕਿੰਨਾ ਸਮਾਨ ਲੱਗਿਆ, ਇੱਕ ਅਤੇ 2 ਬੰਕਰਲੇ ਆ, ਸਮਾਨ ਅੱਗੇ ਪਿੱਛੇ ਕਰਨ ਵਾਸਤੇ ਬੈਸਟ ਹੈ, ਨਹੀਂ ਤਾਂ ਹੱਥਾਂ ਨਾਲ ਖਿੱਚਣਾ ਕਰਨਾ ਬੜਾ ਔਖਾ ਜ਼ੋਰ ਲੱਗਦਾ, ਅਤੇ ਇਹਨਾਂ ਨੂੰ ਫਾਇਦਾ ਹੋ ਜਾਂਦਾ,
ਆਪਕੇ ਲਈ ਫਾਇਦਾ ਇਸਕਾ ਅੱਛੀ ਚੀਜ਼ ਹੈ ਜੀ ਆਸਾਨੀ ਸੇ ਕਾਮ ਹੋ ਜਾਤਾ ਹੈ ਤੇ ਇੱਧਰ ਆਪਾਂ ਨੇ ਲੱਤਿਆਂ ਮੇਂ ਇੱਧਰੋਂ 5 ਪੇਟੀਆਂ ਲੱਤਿਆਂ ਕੋਲੇ ਦੀਆਂ ਅਤੇ ਹੁਣ ਲਵਾਂਗੇ ਪਾਣੀ ਚਲੇ ਕੁਸ਼ਾਨ ਨਾਲ ਤੂੰ ਨਾ ਆਉਂਦਾ ਫਿਰ ਆਪਾਂ ਗੱਡੀ ਪਿੱਛੋਂ ਸਾਰੀ ਖੋਲ ਲੈਣਗੇ ਸਮਾਨ ਵਧਾ ਲੈ ਜਾਂਦੇ ਆਪਾਂ ਹੁਣ ਆਪਾਂ ਸਮਾਨ ਲੈ ਕੇ ਜਾਵਾਂਗੇ ਥੋੜ੍ਹਾ ਲਿਮਟ ਤੋਂ ਲੈ ਕੇ ਜਾਵਾਂਗੇ ਅਤੇ ਅਗਲੇ ਹਫ਼ਤੇ ਗੇੜਾ ਮਾਰ ਲਾਂਗੇ ਆਪਾਂ ਠੀਕ ਨਹੀਂ ਸਹੀ ਹੈ ਅਤੇ 5 ਪੇਟੀਆਂ ਕੋਲੇ ਦੀਆਂ ਹੋਗੀਆਂ ਪਾਣੀ ਹੋ ਗਿਆ ਅਤੇ ਇੱਕ ਆਪਾਂ ਲੈਣਾ ਹੈਨਕਨ ਜਿਹੜੀ ਬੀਅਰ ਹੈ ਉਹਦੇ ਲੈਣੇ 3 ਪੇਟੀਆਂ ਓਕੇ ਇਸ ਵਾਰ ਆਪਾਂ ਨੇ ਪਾਣੀ ਚੇਂਜ ਕੀਤਾ ਅੱਗੇ ਲੈਂਦੇ ਆਪਾਂ ਸੰਮੀ ਦਾ ਇੱਥੋਂ ਦਾ ਅਤੇ ਇਸ ਵਾਰ ਕੋਲ ਪਾਣੀ ਆਹ ਵਾਲਾ ਪਾਣੀ ਆ ਕਹਿੰਦੇ ਪਾਣੀ ਵਧੀਆ ਅਤੇ ਕੁਸ਼ਾਨ ਹੁਣੀ ਪੀ ਕੇ ਪਾਣੀ ਚੈੱਕ ਕਰਦੇ ਦੱਸਦੇ ਵੀ ਹਾਂ ਪਾਣੀ ਵਧੀਆ ਵੀ ਹੈਗਾ ਹੈ ਯਾਰ ਕੁਸ਼ਾਨ ਜਿੱਥੇ ਮਰਜ਼ੀ ਜਾਵੇ ਆਪਣਾ ਖਾਣ ਪੀਣ ਦਾ ਜਿਗਾੜ ਦਾ ਲਾਈ ਲੈਂਦਾ ਆਹ ਲੈ ਗਿਆ ਮੁੱਛਾਂ ਦਾ ਸ਼ਾਨ ਕੱਲਾ ਬਣਾਨੀ ਸਾਰਿਆਂ ਦੇ ਜਾਨਵਰ ਸਿੰਘ ਇਹ ਕੀ ਲਿਖਿਆ ਮੋਸਟਰ ਮੋਸਟਰ ਇਹ ਕੀ ਜਿਹੜਾ ਮੋਸਟਰ એનર્ਜੀ ਡਰਿੰਕ ਵਾਟਰਮੈਲਨ ਵਾਟਰਮੈਲਨ ਯਾ ਦੁਆਣੇ ਵਾਲਾ ਦੁਆਣੇ ਵਾਲਾ ਉਹ ਫਿਰ ਦੇਖੀ ਸਮਾਨ ਜੀ ਸਾਰਾ ਵਿੱਚ ਆ ਹੈ ਆ ਜਾਣੇ ਦੋ ਫੈਂਟੇ ਲੱਤੇ ਆਪਣੇ ਅਤੇ ਦੋ ਲੱਤੀਆਂ ਹੈਨਕਨ ਦੀਆਂ ਪੇਟੀਆਂ ਛੋਟਾ ਪਾਣੀ ਲੈ ਲਿਆ ਆਪਾਂ ਨੇ ਫਿਰਜ਼ਾਨ 'ਤੇ ਦੋ ਲੈ ਲਏ ਅਤੇ ਗੁਰਾਲੇ ਵੀ ਦੋ ਲੈ ਲਏ ਅਤੇ ਪਾਣੀ ਲੈ ਲਿਆ ਲੈਤੇ ਅਤੇ ਕੋਕਾ ਕੋਲਾ ਲੈ ਲਿਆ ਅਤੇ ਦੂਜਾ ਪਾਣੀ ਲੈ ਲਿਆ ਲੱਤੀਨੇ ਵਗੈਰਾ ਜਿਹੜੇ ਕੋਲੇ ਵਾਲੇ ਆ ਉਹ ਆਪਣੇ ਕੋਲ ਹਾਲੇ ਹੈਗੇ ਆ ਅਤੇ ਅਗਲੇ ਗੇੜੇ ਵਿੱਚ ਆਪਾਂ ਫਿਰ ਜਿਹੜਾ ਦੂਜਾ ਸਮਾਨ ਹੈ ਉਹ ਬਾਅਦ ਜਾ ਕੇ ਲੈ ਲਾਂਗੇ ਅਤੇ ਤੁਸੀਂ ਇੱਧਰ ਮਿਲੋ ਮੁੰਡੇ ਨੂੰ ਆਪਾਂ ਜੇ ਕੋਈ ਸਮਾਨ ਲੈਣ ਵਾਸਤੇ ਆਉਂਦੇ ਹਾਂ ਸਭ ਖਾਈ ਬੋਲ ਦਿਓ ਖਾਈ ਬੋਲ ਦਿਓ ਤੂੰ ਤਾਂ ਇੰਡੀਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਓਕੇ ਭਾਈ ਥੈਂਕ ਯੂ ਫਿਰ ਮਿਲਾਂਗੇ ਜਲਦੀ ਮਿਲਾਂਗੇ ਇਨਸ਼ਾਅੱਲਾ ਚਲਿਏ ਜੀ ਜੇ ਖਾਣਾ ਪਾਣੀ ਹੋ ਗਿਆ ਹੈ ਖੁਸ਼ਬੂ ਲੈ ਕੇ ਦੇਖੋ ਹਾਂ ਕਈ ਉਹ ਤਾਂ ਵਧੀਆ ਹੁੰਦੀ ਤੂੰ ਵੀ ਸਵਾਦ ਆ ਪੀਣ ਕਿਹੜਾ ਸਵਾਦ ਧਾਕੜਾ ਪੂਰਾ ਧਾਕੜਾ ਪੂਰਾ ਲਓ ਬਈ ਆਪਾਂ ਨੇ ਨਾ ਗੱਡੀ ਲੱਤੀ ਸਮਾਨ ਗਿਆ ਲੱਦ ਅਤੇ ਇੱਧਰ ਦੇਖੋ ਕੁਸ਼ਾਨ ਦੇ ਬੈਠਣ ਵਾਸਤੇ ਨਾ ਆਹ ਸ਼ੀਸ਼ੇ ਟਿਕਲੀ ਬਸ ਕਰਦੇ ਕਰਾਉਂਦਿਆਂ ਨੂੰ ਮਿੱਤਰੋ 2:30 ਵੱਜ ਗਏ ਅਤੇ ਆਪਾਂ ਚੰਗੇ ਰਹਿ ਗਏ ਸਵੇਰੇ ਆਪਾਂ ਕੰਮ ਕਰਨ ਵੇਲੇ ਆਪਣਾ ਹੈ ਨਾ ਹਾਂਜੀ ਹਾਂਜੀ ਭਾਅ ਜੀ ਅਤੇ ਜੇ ਕਿਤੇ ਹੁਣ ਜਾ ਕੇ ਕੰਮ ਕਰ ਕਰਨ ਦੀ ਸੋਚਦੇ ਫਿਰ ਅਸੀਂ ਲੇਟ ਹੋਣਾ ਸੀਗਾ ਅਤੇ ਹੁਣ ਐਂ ਵੀ ਫਰੀ ਹਾਂ ਹੁਣ ਜਾ ਕੇ ਬਸ ਸਿਰਫ 2-3 ਘੰਟੇ ਰੈਸਟ ਕਰਨੀ ਆ ਫਿਰ ਜਾ ਕੰਮ 'ਤੇ ਜਾ ਕੇ ਲੱਗਣਾ ਅਤੇ ਬਾਕੀ ਤਾਂ ਦੇਖੋ ਫਾਇਲ ਦਵਿੰਦਰ ਦੀ ਆਹ ਫਾਇਲ ਹੈ ਜਿਹੜੀ ਸ਼ੁਰੂ ਹੋ ਜਾਂਦੀ ਆ ਬੰਦੇ ਕੋਲ ਹੁਣ ਇੱਕ ਫਾਇਲ ਹੈ ਇਹ ਹੌਲੀ ਹੌਲੀ ਕਰਦੇ ਕਰਦੇ ਜਿਵੇਂ ਇਹਨੂੰ ਪੁਰਾਣਾ ਹੋਈ ਜਾਣੇ ਨੇ ਇਹ ਫਾਇਲਾਂ ਦੀ ਗਿਣਤੀ ਵਧੀ ਜਾਣੀ ਵਿਆਹ ਤੋਂ ਬਾਅਦ ਫਿਰ ਨਿਆਣੇ ਦੀਆਂ ਫਾਇਲਾਂ ਡਾਕਟਰ ਦੀਆਂ ਫਾਇਲਾਂ ਘਰ ਦੀਆਂ ਫਾਇਲਾਂ ਗੱਡੀ ਦੀਆਂ ਫਾਇਲਾਂ ਫਾਇਲਾਂ ਗਿਆ ਵਾ ਫਾਇਲਾਂ ਹੀ ਫਾਇਲਾਂ ਬਸ ਬੰਦੇ ਬੰਦਾ ਫਾਇਲਾਂ ਸਾਹਮਣੇ ਹੀ ਰਹਿ ਹੁੰਦਾ ਆਪਣੀ ਗੱਡੀ 'ਚ ਮਿੱਤਰੋ ਆ ਦੇਖੋ ਤਾਂ ਸਕਰੀਨ 'ਤੇ ਲਾਈਟਾਂ ਬਲਬ ਪਈਆਂ ਚਾਰੇ ਟਾਇਰ ਯੈਲੋ ਕਲਰ ਦਿਖਾ ਰਹੀ ਹੈ ਗੱਡੀ ਵਿੱਚ ਉੱਪਰ ਲਿਖਿਆ ਵਾ ਵੀ ਆ ਰਿਹਾ ਵੀ ਚਾਰੇ ਟਾਇਰਾਂ ਵਿੱਚ ਹਵਾ ਘੱਟ ਹੈ ਦੇਖੋ ਫਾਇਦਾ ਗੱਡੀਆਂ ਦਾ ਜਿਹੜੀ ਗੱਡੀਆਂ ਵੱਡੀਆਂ ਨਾ ਤਾਂ ਮਾੜੀ ਜਿਹੀ ਵੀ ਕੋਈ ਪ੍ਰੋਬਲਮ ਆਵੇ ਜੇ ਇੰਜਣ ਦੇ ਵਿੱਚ ਆਵੇ ਕਿਤੇ ਵੀ ਕੋਈ ਚੀਜ਼ ਵੀ ਕਿਸੇ ਪਾਸੇ ਵੀ ਆਵੇ ਆਹ ਸਕਰੀਨ 'ਤੇ ਜਦੇ ਨਾਲ ਹੁੰਦੇ ਉੱਪਰ ਲਿਖਿਆ ਹੋ ਆ ਜਾਂਦਾ ਵੀ ਹਾਂ ਰੋਕੋ ਚੈੱਕ ਕਰਾਓ ਅਤੇ ਨਾਲ ਦੀ ਨਾਲ ਦੇਖੇ ਸਾਹਮਣੇ ਮੀਟਰ 'ਤੇ ਵੀ ਲਿਖਿਆ ਹੋ ਰਿਹਾ ਵੀ ਆਹ ਦੇਖੋ ਲਾਲ ਜਾਂ ਰੈੱਡ ਕਲਰ ਦਾ ਨਿਸ਼ਾਨ ਹੈ ਇਹ ਟਾਇਰ ਸਕੂਫੀਆ ਤੋਂ ਦਾ ਵੀ ਗੋਮੇ ਇਸ ਤਰ੍ਹਾਂ ਸਕੂਫੀਆ ਤੋਂ ਹੈ ਅਤੇ ਆਪਾਂ ਹੁਣ ਦੇਖਦੇ ਹਾਂ ਆਪਾਂ ਰਸਤੇ ਵਿੱਚ ਕੋਈ ਪੈਂਦਾ ਗੋਮੀਸ ਤਾਂ ਉੱਥੇ ਰੋਕ ਕੇ ਗੱਡੀ ਦੇ ਟਾਇਰਾਂ ਦੀ ਆਪਾਂ ਹਵਾ ਇੱਕ ਵਾਰੀ ਚੈੱਕ ਕਰਾ ਕੇ ਫਿਰ ਜਾਵਾਂਗੇ ਜਦੋਂ ਇਹ ਗ੍ਰੀਨ ਹੋ ਗਈਆਂ ਉਦੋਂ ਮਤਲਬ ਵੀ ਓਕੇ ਆ ਸਾਰਾ ਹਵਾ ਓਕੇ ਆ ਅਤੇ ਜੇ ਲਾਲ ਹੋ ਜਾਵੇ ਤਾਂ ਹੁੰਦਾ ਵੀ ਪੈਂਚਰ ਹੈ ਇਹਦਾ ਮਤਲਬ ਹੁਣ ਪੈਂਚਰ ਨਹੀਂ ਹੈਗੀ ਸਿਰਫ ਹਵਾ ਘੱਟ ਹੈ ਗੱਲੀ ਲੈ ਵੀ ਹੁਣ ਲੱਗਣ ਲੱਗਿਆ ਸਾਡੇ ਉਹਦਾ ਕਹਿਣਾ ਵੀ ਛੱਤ ਦੇ ਉੱਪਰ IPL ਦਾ ਮੈਚ ਅਤੇ ਬੈਟਸਮੈਨ ਦੇਖੋ ਇੱਧਰੋਂ ਬਗੈਰ ਪੈਡਾਂ ਤੋਂ ਬਗੈਰ ਬੂਟਾਂ ਤੋਂ ਬਗੈਰ ਹੈਲਮੇਟ ਤੋਂ ਖੜੇ ਨੇ ਇਹ ਦੇਸੀ ਬੈਟਸਮੈਨ ਹੈ ਅਤੇ ਇੱਧਰ ਬੋਲਰ ਦੇਖ ਲਓ ਬੋਲਰ ਬੋਲਰ ਪੂਰੀ ਤਿਆਰੀ ਕਰ ਲਾਇਆ ਅਤੇ ਬੋਲਰ ਕਰਾਊਗਾ ਹੁਣ ਬੋਲ ਅਤੇ ਬੈਟਸਮੈਨ ਦਾ ਦੇਖੋ ਕੀ ਹਾਲ ਹੁੰਦਾ ਹੁਣ ਸਹੀ ਗੱਲ ਹੈ ਥੱਲੇ ਕੀ ਆਊਟ ਹੈ ਠੀਕ ਨਹੀਂ ਥੋੜ੍ਹੀ ਬਾਉਂਡਰੀ ਬਸ ਕੱਲੀ ਐਨੀ ਹੋਣੀ ਚਾਹੀਦੀ ਆ ਲੱਗ ਚੁੱਕੀ ਤੂੰ ਤਾਂ
ਹੈ ਛਿੱਕਾਂ ਲਾ ਜੋ ਕਿਤੇ ਛਿੱਕ ਉਹ ਪੰਪ ਤੇ ਮਾਰਦੀ ਮੈਂ ਕਹਿੰਦਾ ਕਰੀ ਜਾਊਂ ਸ਼ਾਦ ਕਿਹੜੇ ਕਰਦਾ ਸ਼ਾਮ ਤੱਕ ਮੈਂ ਤਾਰੀ ਚਾਲਾਂ ਆ ਆ ਕਿਹੜੀ ਬੋਲ ਹੈ ਇਹ ਤਾਂ ਰੁੜਵੀਂ ਬੋਲ ਡੈਡ ਬੋਲ ਹੈ ਅਤੇ ਬਾਕੀ ਟਾਈਮ ਹੁਣ ਮਿੱਤਰੋ 4 ਵੱਜ ਗਏ ਨੇ ਸ਼ਾਮ ਦੇ ਮੁੰਡੇ ਲਾਉਣਗੇ ਆਪਣਾ ਮੈਚ ਖੇਡਣਗੇ ਕਿਉਂਕਿ ਇਹ ਤੁਹਾਨੂੰ ਪਤਾ ਜੰਗ ਬੰਦੇ ਨੇ ਰੋਟੀ ਪਾਣੀ ਖਾਧਾ ਵੀ ਹਜ਼ਮ ਕਰਨਗੇ ਅਤੇ ਆਪਾਂ 2 ਘੰਟੇ ਕਰਾਂਗੇ ਰੈਸਟ ਸੋਵਾਂਗੇ ਉਸ ਤੋਂ ਬਾਅਦ ਵਿੱਚ ਚੱਲਾਂਗੇ ਕੰਮ 'ਤੇ ਅਤੇ ਬਾਕੀ ਅੱਜ ਦੇ ਵਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਗੁਰਸ਼ਾਨ ਦੇ ਬਰਥਡੇ 'ਤੇ ਅਤੇ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਧੰਨਵਾਦ ਅਤੇ ਹੁਣ ਆਪਾਂ ਕਰਾਂਗੇ ਰੈਸਟ ਅਤੇ ਵਲੌਗ ਮਿੱਤਰੋ ਇੱਥੇ ਆਪਾਂ ਆਪਣਾ ਜਿਹੜਾ ਬੰਦ ਕਰਦੇ ਹਾਂ ਜੇ ਵਲੌਗ ਅੱਜ ਦਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ 'ਤੇ ਕਰਿਓ ਕਲਿੱਕ ਸਵੇਰੇ ਮਿਲਦੇ ਹਾਂ ਇੱਕ ਹੋਰ ਸੋਹਣੇ ਜਿਹੇ ਵਲੌਗ ਲੈ ਕੇ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।